क्योंकि सारे जिन्ने भी साडे बंदी सिंह है वो बेचारे सारे दी रिहाई होनी चाहिए आ, पर मुख तौर पर क्योंकि पिछले दिन भाई बलवान सिंह जी राजोवाणा उन्होंने दो चिट्ठियां श्री अकाल तख्त साहब जी के जथेदार नूं लिखियां, जिहदे विच उन्होंने फोकस किया कि मेरी जिहड़ी पटीशन मरसी पटीशन श्रोमणी गुरद्वारा प्रबंधक कमेटी ने पाई आ वह जिहड़ी आ उह श्रोमणी कमेटी वापस लवे। असीं हुण एक दो दिनां दे विच आउण दे जतन करके असीं उन्हां नूं जाती तौर पर मिलण भी जा रहे हां ਤਾਂ ਕਿ ਉਹਨਾਂ ਦੇ ਨਾਲ ਬੈਠ ਕੇ ਸਾਰਾ ਇਹ ਵਿਚਾਰ ਵਟਾਂਦਰਾ ਹੋ ਸਕੇ। ਸੋ ਇੱਕ ਤਾਂ ਇਹ ਸਾਡਾ ਸਾਰਿਆਂ ਦਾ ਇੱਕ ਮੁੱਦਾ ਸੀ ਅਤੇ ਉਹਦੇ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਸਾਰਿਆਂ ਨੇ ਆਈ ਕਿ ਸੈਂਟਰ ਗੌਰਮੈਂਟ ਨੂੰ ਇੱਕ ਨੋਟਿਸ ਦਿੱਤਾ ਜਾਵੇ ਕਿ ਸਾਡਾ ਫਲਾਂ ਡੇਟ ਤੱਕ ਜਿਹੜਾ ਇਹਦਾ ਫੈਸਲਾ ਕਰੋ, ਕਿਉਂਕਿ ਬਹੁਤ ਵੱਡਾ ਸਮਾਂ ਲੰਮਾ ਸਮਾਂ ਹੋ ਗਿਆ। ਇਹ ਵੀ ਗੱਲ ਇੱਕ ਉੱਭਰ ਕੇ ਸਾਹਮਣੇ ਆਈ ਕਿ ਵੱਖ ਵੱਖ ਦੇਸ਼ ਦੀਆਂ ਜੇਲ੍ਹਾਂ ਵਿੱਚ ਵੱਖ ਵੱਖ ਸਮੇਂ ਰਿਹਾਈ ਕੀਤੀ ਜਿਹੜੀ ਉਹ ਸਰਕਾਰਾਂ ਨੇ ਕੀਤੀ, ਚਾਹੇ ਸੈਂਟਰ ਨੇ ਕੀਤੀ, ਚਾਹੇ ਗਵਰਨਰ ਨੇ ਕੀਤੀ, ਚਾਹੇ ਸਟੇਟਾਂ ਨੇ ਕੀਤੀ, ਠੀਕ ਆ ਉਹ ਵੀ ਹੋ ਗਈ। ਅਤੇ ਸਾਡੇ ਇਹਨਾਂ ਮਸਲਿਆਂ 'ਤੇ ਵੀ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਆ ਉਹ ਇਹ ਵੀ ਆਪਣੇ ਉਹਨਾਂ ਦੀ ਸੁਣਵਾਈ ਕਰਕੇ ਉਹਨਾਂ ਨੂੰ ਤੁਰੰਤ ਜਿਹੜੀ ਉਹ ਰਾਹਤ ਦਿੱਤੀ ਜਾਵੇ। ਸੋ ਨੋਟਿਸ ਇੱਕ ਜਿਹੜਾ ਆ ਉਹ ਭੇਜਣ ਦਾ ਸਾਰਿਆਂ ਬੁਲਾਰਿਆਂ ਨੇ ਕਿਹਾ ਵੀ ਇੱਕ ਨੋਟਿਸ ਤੁਰੰਤ ਭੇਜਿਆ ਜਾਵੇ। ਦੂਜਾ ਹਿਊਮਨ ਰਾਈਟਸ, ਜਿਹੜੇ ਹਿਊਮਨ ਰਾਈਟਸ ਆ, ਹਿਊਮਨ ਰਾਈਟਸ ਦੀਆਂ ਜਿਹੜੀਆਂ ਸੰਸਥਾਵਾਂ ਆ ਚਾਹੇ ਉਹ ਦੇਸ਼ 'ਚ ਆ ਵਿਦੇਸ਼ 'ਚ ਆ, ਉਹਨਾਂ ਨੂੰ ਵੀ ਇੱਕ ਇਹ ਅਪੀਲ ਕਰਦੇ ਸਾਰੇ ਕਿ ਤੁਸੀਂ ਵੀ ਇਹਦੇ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਸਾਰੇ ਐਪਲੀਕੇਸ਼ਨਾਂ ਲਿਖ ਕੇ ਉਹ ਹਿਊਮਨ ਰਾਈਟਸ ਦੀ ਜਿਹੜੀ ਹੋ ਰਹੀ ਵਾਓਲੇਸ਼ਨ ਆ ਉਹਨੂੰ ਰੱਦ ਕਰਨ ਲਈ ਸਾਰੇ ਆਪਣੀ ਆਪਣੀ ਰਿਪ੍ਰਜੈਂਟੇਸ਼ਨ ਦੇਣ, ਅਤੇ ਸਾਰੇ ਜਿਹੜੀ ਨਵੀਂ ਡੇਟ ਅਸੀਂ ਰੱਖਾਂਗੇ ਉਹਦੇ ਵਿੱਚ ਸਾਰੇ ਆ ਕੇ ਸ਼ਮੂਲੀਅਤ ਵੀ ਕਰਨ। ਇੱਕ ਜਿਹੜਾ ਹੋਰ ਵੱਡਾ ਮਸਲਾ ਜਿਹੜਾ ਡਾਕਟਰ ਬਲਕਾਰ ਸਿੰਘ ਹੋਣਾ ਵੱਲੋਂ ਸੀ ਕਿ ਇੱਕ ਈਮੇਲ ਸਾਰੇ ਜਿਹੜੇ ਵਿਦੇਸ਼ੀ ਸਿੱਖ ਆ, ਕਿਉਂਕਿ ਪਹਿਲਾਂ ਜਦੋਂ ਅਸੀਂ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਸੀ ਸਾਡੇ ਕੋਲ 35,000 ਲੋਕਾਂ ਨੇ ਉਹ ਬਾਹਰੋਂ ਸਿਗਨੇਚਰ ਕਰਕੇ ਭੇਜੇ ਸੀ। ਅੱਜ ਇਹ ਫੈਸਲਾ ਹੋਇਆ ਵੀ ਉਹ ਬਾਹਰਲੇ ਸਿੱਖਾਂ ਨੂੰ ਸਮੂਹਿਕ ਤੌਰ 'ਤੇ ਤੁਹਾਡੇ ਜ਼ਰੀਏ ਅਪੀਲ ਕੀਤੀ ਜਾਂਦੀ ਆ ਕਿ ਸੈਂਟਰ ਗੌਰਮੈਂਟ ਨੂੰ ਵੱਧ ਤੋਂ ਵੱਧ ਈਮੇਲ ਕਰਨ ਹਰ ਇੱਕ ਸਿੱਖ, ਚਾਹੇ ਪਰਿਵਾਰ ਦੇ ਜੀ ਆ ਚਾਹੇ ਹੋਰ ਆ, ਜਿੱਥੇ ਜਿੱਥੇ ਵੀ ਕਿਸੇ ਮੁਲਕ 'ਚ ਰਹਿੰਦੇ ਆ, ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਕੰਸੈਂਸਸ ਬਣਾਈ ਜਾਵੇ ਅਤੇ ਸੈਂਟਰ ਗੌਰਮੈਂਟ ਨੂੰ ਇਹਨਾਂ ਦੇ ਪੋਰਟਲ 'ਤੇ ਈਮੇਲ ਦੇ ਉੱਤੇ ਜਿਹੜੇ ਆ ਵੱਧ ਤੋਂ ਵੱਧ ਜਿਹੜੀ ਆ ਈਮੇਲ ਭੇਜੀ ਜਾਵੇ। ਅਤੇ ਉਹ ਤੋਂ ਇਲਾਵਾ ਇੱਕ ਮੇਨ ਹੋਰ ਮੁੱਦਾ ਜਿਹੜਾ ਉਹ ਸੀਗਾ ਵੀ ਜਿਹੜੇ ਸਾਡੇ ਸਿੱਖ ਹੀਰੋ ਆ, ਕਿਉਂਕਿ ਬਹੁਤ ਸਾਰੇ ਗਾਹਾਂ ਨਵੇਂ ਜੰਮੇ ਬੱਚੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਮੁੱਦਾ ਕੀ ਆ, ਇਹ ਸਾਰਿਆਂ ਨੇ ਕੰਸੈਂਸਸ ਕੀਤੀ ਆ ਵੀ ਇਹਨਾਂ ਦੀ ਇੱਕ ਫਿਲਮਾਂਕਣ ਬਣਾਇਆ ਜਾਵੇ, ਫਿਲਮ ਬਣਾਈ ਜਾਵੇ। ਫਿਲਮ ਇਨ ਦਾ ਸੈਂਸ ਕਿ ਉਹ ਸਾਰੇ ਜਿੰਨਾ ਮੀਡੀਆ ਆ ਉਹਦੇ 'ਤੇ, ਮੀਡੀਆ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਰਚ ਕਰੇ, ਉਹ ਐਡ ਦੇ ਰੂਪ ਵਿੱਚ ਦੱਸਿਆ ਜਾਵੇ ਵੀ ਕਿਹੜਾ 35 ਸਾਲ ਦਾ ਅੰਦਰ, 33 ਸਾਲ ਦਾ ਅੰਦਰ ਆ, ਕਿਹੜਾ ਇੰਨੇ ਚਿਰ ਦਾ ਅੰਦਰ ਆ, ਕਿਹੜੇ ਇੰਨੇ ਚਿਰ ਦਾ ਅੰਦਰ ਆ। ਡਾਕੂਮੈਂਟਰੀ ਟੋਪ ਪਿਛਲੇ ਅਸੀਂ ਇੱਕ ਬਣਾਈ ਵੀ ਸੀ, ਉਹ ਫਿਲਮ ਵੀ ਬਣਾਈ ਜਾਵੇ ਅਤੇ ਇੱਕ ਮੀਡੀਆ ਦੇ ਤੌਰ 'ਤੇ, ਐਡ ਦੇ ਤੌਰ ਦੇ ਉੱਤੇ ਵੱਖ ਵੱਖ ਮੀਡੀਆ ਦੇ ਵਿੱਚ, ਚਾਹੇ ਸੋਸ਼ਲ ਮੀਡੀਆ ਆ ਚਾਹੇ ਤੁਹਾਡਾ ਆ ਸੈਟੇਲਾਈਟ ਚੈਨਲ ਆ, ਉਹਦੇ ਵਿੱਚ ਵੀ ਜਿਹੜਾ ਆ ਇਹ ਆਪਣੇ ਸਾਰਿਆਂ ਦਾ ਜਿਹੜਾ ਆ ਉਹ ਪ੍ਰਚਾਰ ਕੀਤਾ ਜਾਵੇ। ਸੋ ਮੁੱਖ ਤੌਰ 'ਤੇ ਉੱਤੇ ਜਿਹੜੀਆਂ 4-5 ਸਾਡੀਆਂ ਸੀਗੀਆਂ, ਇੱਕ ਸੀਗਾ ਵੀ ਕੋਮਨ ਮਿਨੀਮਮ ਪ੍ਰੋਗਰਾਮ, ਕਿਉਂਕਿ ਆਹ ਜਿੰਨੇ ਅੱਜ ਇੱਥੇ ਸਾਰੇ ਆਏ ਆ ਇਹ ਸਾਰੇ ਵੱਖ ਵੱਖ ਜਥੇਬੰਦੀਆਂ 'ਤੇ ਹਿਊਮਨ ਰਾਈਟਸ 'ਤੇ ਕੰਮ ਕਰਦੇ ਆ, ਔਰ ਉਹ ਸਾਰਿਆਂ ਨੇ ਕਿਹਾ ਵੀ ਕੋਮਨ ਮਿਨੀਮਮ ਪ੍ਰੋਗਰਾਮ ਬਣਾ ਲਿਆ ਜਾਵੇ। ਕਿਉਂਕਿ ਸਾਡੇ ਕਈ ਵਾਰੀ ਹੁੰਦਾ ਕੀ ਆ ਵੀ ਅਸੀਂ ਪ੍ਰੋਗਰਾਮ ਇੱਕ ਤੈਅ ਕਰਦੇ ਹਾਂ, ਉਹ ਪ੍ਰੋਗਰਾਮ ਠੋਸੋ ਕੇ ਰਹਿ ਜਾਂਦਾ ਕਿਉਂਕਿ ਕੋਈ ਨਾ ਕੋਈ ਵਿੱਚੋਂ ਨਿਕਲ ਜਾਂਦਾ। ਇਹਨਾਂ ਸਾਰਿਆਂ ਨੇ ਕਿਹਾ ਵੀ ਆਪਾਂ ਇੱਕ ਕੋਮਨ ਮਿਨੀਮਮ ਪ੍ਰੋਗਰਾਮ, ਉਹ ਸਿਰਫ ਬੰਦੀ ਸਿੱਖਾਂ ਦਾ, ਇਹਦੇ ਵਿੱਚੋਂ ਕੋਈ ਕਿਸੇ ਨੇ ਕ੍ਰੈਡਿਟ ਨਹੀਂ ਲੈਣਾ, ਵੀ ਜੋ ਕੋਈ ਬੰਦਾ ਕਹੇ ਵੀ ਮੈਂ ਹੀ ਕ੍ਰੈਡਿਟ ਲੈਣਾ। ਕੋਮਨ ਇੱਕ ਮਿਨੀਮਮ ਪ੍ਰੋਗਰਾਮ ਬਣਾ ਕੇ ਉਹ ਸਾਰਾ ਇਹਦਾ ਛਾਇਆ ਕਰ ਦਿੱਤਾ ਜਾਊਗਾ। ਸੋ ਮੁੱਖ ਤੌਰ ਦੇ ਉੱਤੇ ਅੱਜ ਇਹ ਸਾਰੇ ਵਿਦਵਾਨਾਂ ਨੇ ਅਤੇ ਸਿੱਖ ਵਕੀਲਾਂ ਨੇ, ਅਦਰ ਦੈਨ ਸਿੱਖਸ ਵੀ ਜਿਹੜੇ ਆਏ ਅੱਜ ਇੱਥੇ, ਉਹਨਾਂ ਸਾਰਿਆਂ ਨੇ ਬੈਠ ਕੇ ਇਹ ਜਿਹੜੀ ਸਾਰੀ ਅੱਜ ਦੀ ਇਹ ਗੁਫ਼ਤਗੂ ਕੀਤੀ ਆ। ਸੋ ਅਗਲਾ ਹੁਣ ਉੱਥੇ ਫਿਰ, ਕਿਉਂਕਿ ਠੀਕ ਇੱਕ ਸੋਢੀ ਸਾਹਿਬ ਨੇ ਸੁਝਾਅ ਦਿੱਤਾ ਵੀ ਅੰਮ੍ਰਿਤਸਰ ਕਰਨ ਦੀ ਬਜਾਏ ਇੱਥੇ ਇਸ ਸਪੇਸ ਦੇ ਬਾਹਰਲੇ ਪਾਸੇ ਸਾਡੇ ਕੋਲ
पार्क हैगा उत्थे कर लिया जावे, क्योंकि जेडे कोई आउंदे आ देश दे विचों वी उहनां नूं इत्थे आउणा सखाला बाई इह आ सकदे आ। ते असीं जतन करांगे कि वध तों वध साडे जिन्ने भी ह्यूमन राइट्स दे, चाहे वह साउथ दे आ चाहे ईस्ट दे आ, उन्हां सारयां नाल संपर्क करके उन्हां सारयां नूं सद्दा पत्र दित्ता जावे, तां कि मीडिया च इह पता लगे। कईआं नूं तां बेचारयां नूं पता ही नहीं, ते कई साडे कई वारी इह वी हुंदा ਵੀ ਸਿੱਖ ਮੁੱਦਾ ਕਰਕੇ ਇਹਨਾਂ ਨੂੰ ਕੱਟ ਦਿੱਤਾ ਜਾਂਦਾ। ਇਹ ਵੀ ਕੰਸੈਂਸਸ ਅੱਜ ਆਈ ਆ ਵੀ ਸਿੱਖ ਮੁੱਦਾ ਠੀਕ ਆ, ਵੀ ਸਿੱਖ ਮੁੱਦਿਆਂ ਨਾਲ ਸੰਬੰਧਿਤ ਆ, ਤੇ ਸਾਡੇ ਇਹ ਕੌਮੀ ਹੀਰੋ ਅੰਦਰ ਬੈਠੇ ਆ, ਪਰ ਇਹ ਕੋਈ ਜਾਤ ਲਈ ਨਹੀਂ ਬੈਠੇ। ਇਹਨੀ ਕੋਈ ਜਾਤੀ ਨਹੀਂ, ਕੋਈ ਬਾਰਡਰ ਕਿਤੇ ਕੋਈ ਜਾਤੀ ਨਹੀਂ ਹੁੰਦਾ, ਕਈ ਵਾਰੀ ਕੀਤਾ ਆ, ਕੋਈ ਪਰਸਨਲ ਐਨਮਿਟੀ ਨਹੀਂ ਕੱਢੀਓ। ਇਹ ਇਹਨਾਂ ਨੇ ਉਸ ਵੇਲੇ ਜੋ ਹੋਇਆ ਸਾਡੇ ਨਾਲ, ਤੇ ਕਈ ਵਾਰੀ ਮੈਂ ਦੇਖਦਾ ਅੱਜ ਵੀ ਜਿਹੜੇ ਬੀਬੀਆਂ ਉਹ 1984 ਦੇ ਉੱਥੇ ਜਿਹੜਾ ਕਤਲੇਆਮ ਹੋਇਆ, ਜਿਲ੍ਹੇ ਆਉਂਦੀਆਂ ਵਿਚਾਰੀਆਂ ਆਪਣੀ ਪੀੜਾ ਦੱਸਦੀਆਂ, ਅਤੇ ਬੰਦਾ ਪਸੀਜ ਜਾਂਦਾ,